हाँ जी, तुहाडे सारिआं दा बहुत बहुत स्वागत है मेरे यूट्यूब चैनल ते। मैनूं पूरी उम्मीद है कि तुसीं सारे ठीक होवोंगे। अज दी वीडियो दी शुरुआत ना आपां फिर बाबिआं तों ही करदे हाँ। मैं सोचिआ सी बाबिआं तों शुरू करांगे वीडियो, पर मैनूं लगदा बाबे नूं लेबर पेन होण लगी आ। जे तुहाडा किसी दा घरे टाइम ना पास हुंदा होवे तां तुसीं इदां किसी भी बाबे कोल चले जाया करो जिन्हों हवा हुवा आउंदी आ, ते उत्थे तुसीं 2-4 रुपये चढ़ा के इदां लाइव शो देख सकदे आ। बाबे इदां इदां दे करतब करके दिखाउंदे आ ना वी तुहानूं फ्री च एंटरटेनमेंट मिल जाणा आ थोड़े जिहे पैसिआं च। लंगर वाधू दा छक के आउणा तुसीं उत्थे। जिन्हां ने 10-10 साल थिएटर कीता ना उह वी इदां दी एक्टिंग नहीं शायद कर सकदे जिद्दां दी इह बाबे करदे एक्टिंग। आंटी का हासा निकल गया इदा, क्योंकि आंटी बाबे की क्राइम पार्टनर आ। आंटी ने तो पता ही है बाबा एक्टिंग करता है, बाकी लोगों को पखंड कर कर दिखाई जाता, बाकी लोगों को नहीं समझ लगती, पर कैमरे के सारा कुछ फड़ हो जाता बंदे का ना, सारिया चलाकियां फड़ हो जाएं। जो आंटी का हासा निकलिया भी कैमरे च फड़ हो गया। ये साड़ी सोच दा लेवल कितना लो आ ना। जिहड़ी बुढ़ी सारी उम्र नहीं बोली, उन्हें किसी दवाई नाल फर्क नहीं पिया होना जां डाक्टर ने जवाब देता होना आ, वो हुण बुढ़े बारे बोलना चाहुंदी आ। चलो ठीक आ, चाहुंदी आ, पर आ कुड़ी नूं किहने इदां राइट दित्ता आ वी चपेड़ा मार सियाणे बंदिआं दे मूंह ते। ते उदां दे सियाणे बंदे घरे कोई प्यार नाल कुछ कहे ना उहदे वी गल पै जाणा आ, ते हत्थे नकली बाबिआं तों आके चपेड़ां खाण लगे हो आ। क्या सोच आ बंदिआं दी। मैनू तो पहले पता, हजे तो गुड्डिया ना खेडन दे चा नहीं पूरे हुए है कि जाके इन्हें विआह भी करा लिया, तो उस हफ्ते तलाक भी हो गया, वापस घर नू भी आ गई, आके फिर गुड्डिया ना खेडन लग गई। उदा इन्हें तो स्नेहा कटियाल नालों भी घट टाइम लाया सी ना, वो तो फिर भी 1.5 साल लाई आई बार, हफ्ते के बाद ही वापस आ गई घर नू। चलो छड्डो इन्हां नूं, हुण आपां गल करदे हां रीत आकाश की। इन्हां ने की काम फड़िया है ना, हरेक वीडियो दे थंबनेल विच पा दिंदे आ, असीं गए हॉस्पिटल, अज आ गई खुशखबरी, हुण बेबी आ गया, जल्दी बेबी आ गया। क्या ड्रामा लाया इन्हां ने। ਲਾ ਵੀ ਮੇਰੀ ਜਾਨ ਬਣੇ ਰਹੋ ਵਲੌਗ ਦੇ ਨਾਲ, ਤੇ ਵਲੌਗ ਵਧੀਆ ਲੱਗਦਾ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ, ਤੇ ਇਦਾਂ ਹੀ ਆਪਣੇ ਰੈਗੂਲਰੀਨ ਦੇ ਵਲੌਗ ਆ ਰਹੇ ਆ। ਕਿਸੇ ਨੂੰ ਸਮਝ ਲੱਗੀ ਇਹਨੇ ਕੀ ਕਿਹਾ, ਰੈਗੂਲਰੀਨ ਦੇ ਪਤਾ ਨਹੀਂ ਅੱਧੇ ਕੁਛ ਕਹਿ ਕੇ ਇਹਨੇ ਕਹਿ ਦਿੱਤਾ ਵਲੌਗ ਆ ਰਹੇ ਆ। ਯਾਰ ਨਹੀਂ ਇੰਗਲਿਸ਼ ਬੋਲਣੀ ਆਉਂਦੀ ਤਾਂ ਕਹਿ ਦਿਓ ਰੋਜ਼ਾਨਾ ਲਗਾਤਾਰ ਡੇਲੀ ਵਲੌਗ ਆ ਰਹੇ ਆ ਸਾਡੇ, ਐਵੇਂ ਬਸ। ਤੇ ਬਸ ਹਸਪਤਾਲ ਦੇ ਜਿਹੜੇ 2-3 ਹੀ ਆ ਬਸ ਹੁਣ। ਤੇ ਵਧਾ ਹੋ ਜਾਣਾ ਆਪਣਾ। ਲੈ ਦੱਸਦਾ ਹਰ ਗੱਲ 'ਤੇ ਮੁੱਛਾਂ ਨੂੰ ਵਾਟੇ ਦਿੰਦਾ ਰਹਿੰਦਾ। ਮੈਨੂੰ ਲੱਗਦਾ ਕਿਸ ਦਿਨ ਇਹਨੇ ਜੜ੍ਹਾਂ 'ਚੋਂ ਵਾਲੀ ਖਿੱਚ ਲੈਣੇ ਮੁੱਛਾਂ ਦੇ, ਜਦੋਂ ਖਿੱਚਦਾ ਰਹਿੰਦਾ ਫੜ ਫੜ ਕੇ ਵਾਲਾਂ ਨੂੰ, ਕਦੇ ਵਾਲਾਂ 'ਚ ਹੱਥ ਫਿਰੀ ਜਾਂਦਾ ਆ। ਐਂਗਜ਼ਾਇਟੀ ਹੁੰਦੀ ਹੈ ਤੈਨੂੰ, ਇੱਦਾਂ ਨੋਰਮਲ ਕਾਹਤੇ ਨਹੀਂ ਖੜਦਾ ਹੈਗਾ। ਫਿਰ ਚਲਾ ਬੁੱਢ, ਅੱਜ ਮੈਂ ਨਹੀਂ ਚਲਾਉਣਾ, ਅੱਜ ਮੇਰਾ ਜੀ ਨਹੀਂ ਕਰਦਾ। ਇੱਕ ਦਾ ਚਲਾ ਕੇ ਆਈ ਇਹੋ ਜਿਹੀ ਨੈਸ਼ ਲਾਈ ਸਾਰੇ, ਉਹਨਾਂ ਨੂੰ ਚਲਾ ਕੇ ਨਹੀਂ ਆਈ ਮੁੜ ਕੇ ਹਨਾ। ਲੈ ਤਾਂ ਕਿਹਨੇ ਨੈਸ਼ ਲਾਈ ਇਹਨਾਂ ਨੂੰ, ਜਿਹੜੇ ਇਹਨਾਂ ਦੀਆਂ ਵੀਡੀਓ ਦੇਖਦੇ ਉਹੀ ਨੈਸ਼ ਲਾਉਂਦੇ ਹੋਣੇ ਆ, ਫਿਰ ਤੁਸੀਂ ਨਾ ਵੀਡੀਓ ਬਣਾ ਕੇ ਪਾਓ ਲੋਕ ਨਾ ਦੇਖਣ ਤੁਹਾਨੂੰ ਨਾ ਨੈਸ਼ਾ ਲਾਉਣ। ਯਾਰ ਕਿੱਦਾਂ ਦੇ ਨਾ ਸ਼ੁਕਰੇ ਇਹ ਬੰਦੇ ਆ ਨਾ, ਮੈਂ ਤਾਂ ਹੈਰਾਨ ਆ ਜਿਹੜੇ ਇਹਨਾਂ ਦੀ ਵੀਡੀਓ ਦੇਖਦੇ ਉਹ ਵੀ ਕਿੱਦਾਂ ਦੇ ਬੇਕਾਰ ਬੰਦੇ ਹੋਣੇ ਆ। ਗੱਲ ਗੱਲ 'ਤੇ ਆਪਣੇ ਸਬਸਕ੍ਰਾਈਬਰਾਂ ਨੂੰ ਗੱਲਾਂ ਸੁਣਾ ਦਿੰਦੇ ਆ, ਅਤੇ ਉਹ ਫਿਰ ਇਹਨਾਂ ਦੀਆਂ ਵੀਡੀਓ ਦੇਖਦੇ ਆ। ਇੱਥੇ ਤਾਂ ਕਈ ਸੀ ਚਲਾ ਵਧੀਆ ਨਹੀਂ, ਕਾਰ ਦੀ ਘਰ ਵਾਲੀ ਤਾਂ ਬੁਲਟ ਚਲਾਉਂਦੀ, ਕਾਰ ਦੀ ਘਰ ਵਾਲੀ ਤਾਂ ਬੁਲਟ ਚਲਾਉਂਦੀ। ਅੱਛਾ ਇਦਾਂ ਨਹੀਂ ਲੋਕੀ ਕਹਿੰਦੇ, ਆਕਾਸ਼ ਦੀ ਘਰ ਵਾਲੀ ਤਾਂ 10ਵੀਂ 'ਚ ਵਿਆਹ ਕਰਾ ਲਿਆ ਸੀਗਾ। ਹਾਈ ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਬੈਕ ਯੂਟਿਊਬ ਚੈਨਲ, ਗੁੱਡ ਮਾਰਨਿੰਗ ਸਾਰਿਆਂ ਨੂੰ। ਤੂੰ ਰੀਤ ਸੱਚੀ ਸੱਚੀ ਦੱਸ, ਤੂੰ ਹਜੇ 12ਵੀਂ ਦੇ ਪੇਪਰ ਦਿੱਤੇ ਨਹੀਂ ਨਾ, ਤਾਂ ਹੀ ਨਹੀਂ ਤੈਨੂੰ ਪਤਾ ਹੈਗਾ ਵੈਲਕਮ ਟੂ ਬੈਕ ਨਹੀਂ ਹੁੰਦਾ ਹੈਗਾ, ਵੈਲਕਮ ਬੈਕ ਟੂ ਹੁੰਦਾ ਆ। ਤੇ ਦਿਲੋਂ ਹੈਪੀ ਕਰਵਾ ਚੌਥ ਡੇ। ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਆਹ ਚੀਜ਼ ਸੁਣੀ ਆ ਕਿ ਦਿਲੋਂ ਹੈਪੀ ਕਰਵਾ ਚੌਥ ਡੇ। ਤੁਹਾਡੇ 'ਚੋਂ ਕਿਸੇ ਨੇ ਸੁਣਿਆ ਇੱਦਾਂ? ਸਾਰੀ ਲੇਡੀਜ਼ ਨੂੰ ਤੇ ਸਵੇਰ ਦੇ ਵੱਜ ਗਏ ਆ 4, ਅਤੇ ਆਪਾਂ ਉੱਠ ਨਹਾ ਨਹੁ ਕੇ ਰੈਡੀ ਹੋ ਗਏ ਹਾਂ, ਰੈਡੀ ਨਹੀਂ ਹੋਏ ਮਤਲਬ ਕਿ ਨਹਾ ਨਹੁ ਲਿਆ ਵਾ ਆਪਾਂ।
ਉਦਾਂ ਮੈਂ ਇਕੱਲੇ ਇਹਨਾਂ ਦੀ ਗੱਲ ਨਹੀਂ ਕਰਦੀ, ਮੈਂ ਹੋਰ ਵੀ ਸਾਰਿਆਂ ਦੀ ਗੱਲ ਕਰਦੀ ਜਿਨ੍ਹਾਂ ਨੂੰ ਨਾ ਠੀਕ ਤਰ੍ਹਾਂ ਬੋਲਣਾ ਨਹੀਂ ਆਉਂਦਾ, ਈਵਨ ਪੰਜਾਬੀ ਬੋਲਣ ਲੱਗੇ ਵੀ ਨਾ ਜ਼ੁਬਾਨ ਫਸ ਜਾਂਦੀ ਆ, ਉਹਨਾਂ ਸਾਰਿਆਂ ਦੀ ਮੈਂ ਗੱਲ ਕਰਦੀ ਹਾਂ ਵੀ ਜੇ ਤੁਸੀਂ ਪਬਲਿਕ ਪਲੇਟਫਾਰਮ 'ਤੇ ਕੁਛ ਬੋਲਣਾ ਹੈ ਨਾ, ਤੁਹਾਨੂੰ ਥੋੜ੍ਹੀ ਬਹੁਤੀ ਨੌਲੇਜ ਤਾਂ ਹੋਵੇ, ਥੋੜ੍ਹਾ ਬਹੁਤਾ ਫਲੋ ਤਾਂ ਹੋਵੇ ਤੁਹਾਡੇ ਮੂੰਹ ਦੇ ਵਿੱਚ, ਤੁਹਾਡੀ ਜ਼ੁਬਾਨ ਦੇ ਵਿੱਚ, ਪਰ ਨਹੀਂ, ਇਹਨਾਂ ਦੇ ਮੂੰਹ 'ਚ ਪੰਜਾਬੀ ਦੇ ਅੱਖਰ ਫਸੇ ਰਹਿੰਦੇ ਆ ਅਤੇ ਫਿਰ ਜਦੋਂ ਆ ਕੇ ਬੋਲਦੇ ਆ ਲੋਕ ਇਹਨਾਂ ਨੂੰ ਟ੍ਰੋਲ ਕਰਦੇ, ਫਿਰ ਇਹ ਗੁੱਸਾ ਕਰਦੇ ਆ। ਯਾਰ ਕਿਤੇ ਚਾਰ ਲੋਕਾਂ 'ਚ ਕੋਈ ਗੱਲ ਕਰਨੀ ਹੁੰਦੀ ਆ ਨਾ, ਥੋੜ੍ਹੀ ਨੌਲੇਜ ਹੋਵੇ, ਥੋੜ੍ਹੀ ਤੁਹਾਨੂੰ ਬੋਲਣ ਦੀ ਪ੍ਰੈਕਟਿਸ ਹੋਵੇ, ਕੁਛ ਤਾਂ ਹੋਵੇ ਤੁਹਾਡੇ ਪੱਲੇ, ਕੁਛ ਨਹੀਂ ਹੈਗਾ। ਕਦੇ ਕੋਈ ਗੱਲ ਕਹਿ ਦਿੰਦੇ ਆ ਇਹ, ਕਦੇ ਕੋਈ ਗੱਲ ਕਹਿ ਦਿੰਦੇ ਆ, ਫਿਰ ਇਹ ਕੱਟ ਵੀ ਨਹੀਂ ਲਾਉਂਦੇ, ਇੱਦੀ ਵੀਡੀਓ ਅਪਲੋਡ ਕਰ ਦਿੰਦੇ, ਉਦੋਂ ਬਾਅਦ ਜਦੋਂ ਕੋਈ ਟ੍ਰੋਲ ਕਰਦਾ ਫਿਰ ਉਹਦੇ ਮਗਰ ਪੈ ਜਾਂਦੇ ਆ ਕਿ ਹਾਏ ਹਾਏ ਸਾਨੂੰ ਇੱਦਾਂ ਕਹਿੰਦੇ ਬੋਲਦੇ ਆ ਲੋਕੀ। ਤੁਹਾਨੂੰ ਪਤਾ ਹੀ ਹੈ ਜਿੱਦਾਂ ਕਿ ਕਹਿੰਦੇ ਹੁੰਦੇ ਆ ਕਿ ਸਵੇਰੇ ਮਤਲਬ ਕਿ 4 ਵਜੇ ਤੋਂ ਪਹਿਲਾਂ ਪਹਿਲਾਂ ਜਾਂ 4 ਵਜੇ ਤੱਕ ਕੁਛ ਵੀ ਖਾ ਸਕਦੇ ਆ, ਮਤਲਬ ਕਿ ਮਿੱਠਾ ਬਣਾ ਕੇ ਖਾ ਸਕਦੇ ਆ ਨਾ, ਰੋਟੀ ਰੋਟੀ ਨਹੀਂ ਖਾਣੀ, ਮਿੱਠਾ ਬਣਾ ਕੇ ਖਾ ਸਕਦੇ ਆ, ਸੇਵੀਆਂ ਵਗੈਰਾ ਜਿੱਦਾਂ ਦੁੱਧ ਵਾਲੀਆਂ ਦੁੱਧ ਪੀ ਸਕਦੇ ਆ, ਬਸ ਹੋਰ ਨਹੀਂ ਕੁਛ ਖਾਣਾ, ਜਿੱਦਾਂ ਲੂਣ ਵਾਲੀ ਚੀਜ਼ ਨਹੀਂ ਖਾਣੀ। ਅਤੇ ਆਲ ਦਾ ਬੈਸਟ ਸਾਰਿਆਂ ਨੂੰ ਅੱਜ। ਆਲ ਦਾ ਬੈਸਟ ਤਾਂ ਇੱਦਾਂ ਕਹਿੰਦੇ ਹੀ, ਇੱਦਾਂ ਸਾਰੀਆਂ ਜਣੀਆਂ ਜੰਗ 'ਤੇ ਚੱਲੀਆਂ ਹੋਣੀਆਂ ਆ ਵਰਤ ਰੱਖ ਕੇ। ਯਾਰ ਜਿਹਦਾ ਜੀ ਕਰਦਾ ਰੱਖ ਲਓ, ਜਿਹਦਾ ਜੀ ਕਰਦਾ ਨਾ ਰੱਖੋ, ਇਹਦੇ ਵਿੱਚ ਆਲ ਦਾ ਬੈਸਟ ਵਾਲੀ ਕਿਹੜੀ ਗੱਲ ਆ। ਨਾਲੇ ਜਿਨ੍ਹਾਂ ਨੇ ਕੁੜੀਆਂ ਨੇ ਵਰਤ ਰੱਖਣੇ, ਮੈਨੂੰ ਪੱਕਾ ਪਤਾ ਉਹਨਾਂ 'ਚੋਂ ਕਿਸੇ ਨੇ ਕੰਮ ਨਹੀਂ ਕਰਨਾ, ਇੱਦਾਂ ਕਹਿਣਾ ਸਾਡਾ ਅੱਜ ਵਰਤ ਆ। ਜੇ ਸਕੂਲ ਵੀ ਜਾਂਦੀਆਂ ਨਾ, ਉੱਥੇ ਵੀ ਕੁਛ ਕਰਦੀਆਂ ਨਹੀਂ ਹੁੰਦੀਆਂ, ਹਾਏ ਅਸੀਂ ਪੜ੍ਹਨਾ ਵੀ ਨਹੀਂ ਹੈਗਾ, ਸਾਡਾ ਅੱਜ ਵਰਤ ਆ, ਇੱਦਾਂ ਕਰਦੀਆਂ ਰਹਿੰਦੀਆਂ ਨਾ ਅਤੇ ਜੀ ਸੁੱਤੇ ਹੋਏ ਨੇ। ਸੋ ਲੈਣ ਅੱਜ ਤੁਹਾਨੂੰ ਬਾਹਰਲਾ ਵੀ ਦਿਖਾਈਏ। ਚੱਕ ਕਰੋ ਗਾਈਸ, ਬਹੁਤ ਬਹੁਤ ਜ਼ਿਆਦਾ ਹੀ ਕਹਿੰਦੇ ਠੰਡ ਵਾ। ਤੁਹਾਨੂੰ ਪਤਾ ਜਿੱਦਾਂ ਕਿ ਮੌਸਮ ਚੇਂਜ ਹੋ ਗਈ ਆ, ਅਤੇ ਉੱਧਰ ਗੁਰਦੁਆਰਾ ਸਾਹਿਬ ਮੱਥਾ ਦੂਰੋਂ ਹੀ ਟੇਕੋ ਹਾਲੇ, ਫਿਰ ਜਾਵਾਂਗੇ। ਅਤੇ ਇੱਧਰ ਚੈੱਕ ਕਰੋ ਮੌਸਮ, ਠੰਡ ਬਹੁਤ ਜ਼ਿਆਦਾ ਵਾ, ਮਤਲਬ ਕਿ ਲੈ ਤੁਸੀਂ ਅੰਟਾਰਕਟਿਕਾ 'ਤੇ ਰਹਿੰਦੇ ਆ, ਜਿੱਥੇ ਵੀ ਆਮ ਲੋਕਾਂ ਨੂੰ ਪਤਾ ਨਹੀਂ ਕਿੱਦਾਂ ਦਾ ਮੌਸਮ ਆ, ਸਾਰੇ ਜਦੋਂ ਸਵੇਰ ਨੂੰ ਉੱਠਦੇ ਇੱਦਾਂ ਦਾ ਹੀ ਮੌਸਮ ਮੱਥੇ ਲੱਗਦਾ ਸਾਰਿਆਂ ਦੇ, ਸਾਰਿਆਂ ਦੇ ਘਰਾਂ 'ਚ ਇੱਦਾਂ ਠੰਡ ਹੁੰਦੀ ਆ। ਇਹ ਕਦੇ ਕਦੇ ਉੱਠਦੇ ਆ ਨਾ ਸਵੇਰ ਨੂੰ ਸਾਜਰੇ, ਤਾਂ ਕਰਕੇ ਇਹਨਾਂ ਨੂੰ ਇੱਦਾਂ ਲੱਗਦਾ ਕਿ ਪਤਾ ਨਹੀਂ ਬਾਕੀਆਂ ਨੇ ਦੇਖਿਆ ਕਿ ਨਹੀਂ ਦੇਖਿਆ ਇੱਦਾਂ ਦਾ ਮੌਸਮ, ਮੈਂ ਦਿਖਾ ਦਵਾਂ ਸਾਰਿਆਂ ਨੂੰ ਵਲੌਗ 'ਚ ਕੈਪਚਰ ਕਰਕੇ। ਹੁਣ ਤੁਹਾਨੂੰ ਪਤਾ ਜਿਵੇਂ ਕਿ ਮੌਸਮ ਚੇਂਜ ਹੁਣ ਹੋ ਹੀ ਗਿਆ, ਜਿੱਦਾਂ ਅੱਬਲ ਤਾਂ ਮਤਲਬ ਕਿ ਰਾਤ ਨੂੰ ਹੀ ਠੰਡ ਲੱਗਣ ਲੱਗ ਜਾਂਦੀ ਆ। ਲੈ ਤਾਂ ਹਨੇਰੇ ਜਿਹੇ ਵਿੱਚ ਸਾਨੂੰ ਇੱਕ ਮਰੂਤੀ ਕਾਰ ਦਿਖਾਈ ਜਾਂਦੀ, ਉਹ ਪਿੱਛੇ ਟਰੈਕਟਰ ਖੜ੍ਹਾ ਉਹ ਦਿਖਾਈ ਜਾਂਦੀ ਆ। ਯਾਰ ਦਿਨ ਚੜ੍ਹ ਲੈਂਦੇ ਫਿਰ ਸ਼ੁਰੂ ਕਰ ਲਿਓ ਵਲੌਗ, ਅਸੀਂ ਕੀ ਦੇਖਣਾ ਇਹਦਾ। ਅਤੇ ਹੋਰ ਇਹਨਾਂ 3ਵੀਂ ਬੰਦੇ ਕੋਲ ਕੋਈ ਗੱਲ ਨਹੀਂ ਹੁੰਦੀ, ਬਸ ਗੱਲ ਗੱਲ 'ਤੇ ਇਹਨਾਂ ਨੇ ਕਰੀ ਜਾਣਾ। ਚੈੱਕ ਕਰੋ ਗਾਈਜ਼, ਆਹ ਚੈੱਕ ਕਰੋ, ਚੈੱਕ ਕਰੋ ਗਾਈਜ਼। ਅਤੇ ਸਾਰੇ ਕਿ ਲੁਧਿਆਣੇ ਹੁੰਦੇ, ਫਿਰ ਮਾਸੀਆਂ ਨੇ ਵੀ ਰੱਖਣਾ ਸੀ, ਜਿੱਦਾਂ ਨਾਲ ਮਮਾ ਹੋਣਾ ਸਾਰੇ ਰੱਖਦੀ ਹੈ ਨਾ ਵਰਤ, ਅਤੇ ਬਟ ਐਲਕੀ ਇੱਥੇ ਮੈਂ ਇਕੱਲੀ ਹਾਂ। ਚਲੋ ਮੈਂ ਆਪਣੇ ਆਪ ਨੂੰ ਵੀ ਆਲ ਦਾ ਬੈਸਟ ਕਹਿੰਦੀ ਹਾਂ ਇਕੱਲੀ ਨੂੰ। Come on baby, stop it, nonsense. ਯਾਰ ਇਹ ਕੀ ਐਟਮ ਆਇਆ, ਮੈਂ ਤਾਂ ਪਹਿਲੀ ਵਾਰ ਦੇਖੀਆਂ ਇੱਦਾਂ ਦੀਆਂ ਚੀਜ਼ਾਂ। ਸਹੀ ਗੱਲ ਆ, ਇੱਦਾਂ ਵਰਤ ਤੋਂ ਪਹਿਲਾਂ ਕੌਣ ਕਹਿੰਦਾ ਹੁੰਦਾ ਹੈ ਆਪਣੇ ਆਪ ਨੂੰ ਆਲ ਦਾ ਬੈਸਟ? ਤੂੰ ਕੀ ਵਰਤ ਰੱਖ ਕੇ ਐਮਾਜ਼ੋਨ ਦੇ ਜੰਗਲਾਂ 'ਚ ਚੱਲੀ ਆ? ਕੋਈ ਨਾ, ਹਮਸੇ ਵੀ ਹੋ ਪਾਏਗਾ, ਮਤਲਬ ਕਿ ਥੋੜ੍ਹੀ ਜਿਹੀ ਮੋਟੀਵੇਸ਼ਨ ਮਿਲ ਜਾਂਦੀ, ਜਿੱਦਾਂ ਕਿ ਸਪੋਰਟ ਜੀ ਮਿਲ ਜਾਂਦੀ, ਜਿੱਦਾਂ ਨਾਲ ਹੁੰਦੇ ਨੇ ਨਾ ਉਹ। ਲੈ ਤਾਂ ਇਹਨੂੰ ਸਪੋਰਟ ਚਾਹੀਦੀ ਆ, ਕਾਹਦੇ ਲਈ? ਵਰਤ ਰੱਖਣ ਲਈ। ਯਾਰ ਕਦੀ ਕਿਸੇ ਨੇ ਸੁਣਿਆ ਇੱਦਾਂ ਵੀ ਵਰਤ ਰੱਖਣਾ ਬੰਦੇ ਨੇ ਤਾਂ ਉਹਨੂੰ ਸਪੋਰਟ ਚਾਹੀਦੀ ਆ? ਕਾਹਦੇ ਲਈ ਸਪੋਰਟ ਚਾਹੀਦੀ? ਤੈਨੂੰ ਸਾਰਾ ਦਿਨ ਖੜੀ ਰੱਖਣ ਲਈ ਜਾਂ ਤੈਨੂੰ ਚੱਕ ਥੱਲ ਕੇ ਘੁਮਾਉਣ ਲਈ ਸਪੋਰਟ ਚਾਹੀਦੀ ਆ? ਜਾਂ ਉਹਨੇ ਤੇਰੇ ਭੁੱਖ ਵਾਲੇ ਸੈਂਸਰਾਂ ਦੇ ਉੱਪਰ ਹੱਥ ਰੱਖ ਕੇ ਬਹਿ ਜਾਣਾ ਕਿ ਤੈਨੂੰ ਭੁੱਖ ਨਾ ਲੱਗੇ ਅੱਜ ਸਾਰਾ ਦਿਨ? ਇਹ ਸਪੋਰਟ ਚਾਹੀਦੀ ਆ। ਉੱਤੋਂ ਕਹਿੰਦੀ ਮੋਟੀਵੇਸ਼ਨ ਵੀ ਚਾਹੀਦਾ ਆ। ਯਾਰ ਵਰਤ ਰੱਖਣ ਲਈ ਮੋਟੀਵੇਸ਼ਨ ਚਾਹੀਦਾ ਆ, ਇਹ ਚੀਜ਼ਾਂ 'ਤੇ ਤਾਂ ਆਪੇ ਚਾਹ ਚੜ੍ਹ ਜਾਂਦੇ ਕੁੜੀਆਂ ਨੂੰ ਦੇਖ ਕੇ ਬਾਜ਼ਾਰਾਂ 'ਚ ਇੰਨੀ ਰੌਣਕ ਲੱਗੀ ਹੁੰਦੀ, ਕੁੜੀਆਂ ਆਪੇ ਕਹਿਣ ਲੱਗ ਜਾਂਦੀਆਂ ਵਰਤ ਰੱਖਣਾ, ਅੱਜ ਅਸੀਂ ਮਹਿੰਦੀ ਲਾਉਣੀ ਆ, ਜਾ ਕਰਨਾ ਆ, ਇਹਦੇ ਲਈ ਕਾਹਦਾ ਮੋਟੀਵੇਸ਼ਨ ਚਾਹੀਦਾ ਇਹਨੂੰ? ਜਦੋਂ ਇਹਨਾਂ ਨੇ ਜ਼ਿੰਦਗੀ 'ਚ ਵੱਡੇ ਵੱਡੇ ਫੈਸਲੇ ਲਏ ਸੀ ਨਾ, ਲਾਈਕ ਵਿਆਹ ਕਰਾਉਣਾ, ਇੱਦਾਂ ਦੇ ਹੋਰ ਵੱਡੇ ਫੈਸਲੇ, ਬੱਚੇ ਵਾਲਾ, ਉਦੋਂ ਇਹਨਾਂ ਨੂੰ ਕੋਈ ਮੋਟੀਵੇਸ਼ਨ ਨਹੀਂ ਚਾਹੀਦਾ ਸੀਗਾ, ਉਦੋਂ ਇਹ ਬਸ ਆਪਣੇ ਆਪ ਚਲੇ ਗਏ ਸੀਗੇ। ਹੁਣ ਇਹਨਾਂ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਲਈ ਮੋਟੀਵੇਸ਼ਨ ਚਾਹੀਦਾ, ਨਾਲੇ ਸਪੋਰਟ ਚਾਹੀਦੀ ਆ। ਕਿ ਕੋਈ ਗਲਤੀ ਨਾ ਹੋ ਜੇ, ਬਟ ਮੈਂ ਪੂਰਾ ਧਿਆਨ ਰੱਖਾਂਗੀ ਗਲਤੀ ਦਾ, ਕਿ ਮੈਂ ਤਾਂ ਭੁੱਲ ਭੁਲੇਖੇ ਵੀ ਕੋਈ ਗਲਤੀ ਨਾ ਹੋਵੇ, ਤੇ ਜ਼ਰੂਰ ਧਿਆਨ ਰੱਖਿਆ ਜਾਊਗਾ। ਚੈੱਕ ਕਰੋ, ਸਭੀ ਸੋ ਰਹੇ ਹੈ, ਉਹ ਵੀ ਘਰ ਸੋ ਰਹਾ ਹੈ, ਇਹ ਵੀ ਘਰ ਸੋ ਰਹੇ ਹੈ, ਬਸ ਇੱਕ ਮੋਟਰ ਚੱਲ ਰਹੀ ਹੈ। ਬੇਵਕੂਫ ਔਰਤ, ਲੈ ਤਾਂ ਕਹਿੰਦੇ ਇਹ ਵੀ ਘਰ ਸੋ ਰਹਾ ਹੈ, ਉਹ ਵੀ ਘਰ ਸੋ ਰਹਾ ਹੈ, ਘਰ ਵੀ ਕਦੀ ਸੌਂਦੇ ਹੁੰਦੇ ਆ, ਘਰਾਂ ਦੇ ਵਿੱਚ ਬੰਦੇ ਸੌਂਦੇ ਹੁੰਦੇ ਆ। ਤੂੰ ਪੜ੍ਹੀ ਨਹੀਂ ਹੈਗੀ ਨਾ, ਮੈਨੂੰ ਪੱਕਾ ਪਤਾ ਹਜੇ ਵੀ ਇਹਨੇ ਪਲੱਸ ਟੂ ਦੇ ਪੇਪਰ ਨਹੀਂ ਦਿੱਤੇ ਹੋਣੇ,
ਤਾਂ ਹੀ ਇਹਨੂੰ ਪਤਾ ਹੈਗਾ ਉਦੋਂ ਪਾਠ ਪੜ੍ਹਾਉਂਦੇ ਹੁੰਦੇ ਆ 7ਵੀਂ 8ਵੀਂ ਦੇ ਵਿੱਚ, ਜੀਵ ਚੀਜ਼ਾਂ ਨਿਰਜੀਵ ਚੀਜ਼ਾਂ, ਨਿਰਜੀਵ ਚੀਜ਼ਾਂ ਕਦੀ ਨਹੀਂ ਸੌਂਦੀਆਂ ਹੁੰਦੀਆਂ। ਅੱਛਾ ਵੋ ਇਹ ਵੀ ਸੁਬਹ ਸੁਬਹ ਕਿਉਂਕਿ ਲੈਟ ਆਈ ਹੋਊਗੀ ਮੈਨੂੰ ਲੱਗਦਾ ਇਸੀ ਲਈ। ਬਾਕੀ ਸਭ ਤੋਂ ਮੈਨੂੰ ਲੱਗਦਾ ਬਾਬਾ ਜੀ ਵੀ ਬੋਲਣ ਡੇ ਆ। ਹਾਂ ਆਵਾਜ਼ ਆ ਰਹੀ ਆ, ਹੌਲੀ ਹੌਲੀ ਆ ਰਹੀ, ਜ਼ਿਆਦਾ ਨਹੀਂ ਆ ਰਹੀ। ਅਤੇ ਅੱਗੇ ਉਹ ਸਾਹਮਣੇ ਵਾਲੇ ਪਿੰਡ ਤੋਂ ਨਾ, ਮਤਲਬ ਕਿ ਮੇਰੀ ਮਹਿੰਦੀ ਦੇਖੋ ਚੈੱਕ ਕਰੋ, ਵਿੱਚ ਹਿੰਦੀ ਬੋਲੀ ਜਾਂਦੀ, ਵਿੱਚ ਪੰਜਾਬੀ ਬੋਲੀ ਜਾਂਦੀ, ਫਿਰ ਸਾਹਮਣੇ ਕੁਛ ਦਿਖਾਉਣ ਲੱਗੀ ਸੀ, ਫਿਰ ਅਚਾਨਕ ਹੀ ਮਹਿੰਦੀ ਦਿਖਾਉਣ ਲੱਗ ਗਈ ਯਾਰ। ਕੀ ਕਮਲੀ ਹੈ ਕੁੜੀ ਇਹ, ਬਸ ਰੰਗ ਆਊਗਾ ਕਿਉਂਕਿ ਮੈਂ ਰਾਤ ਲਗਾਈ ਹੈ ਅਤੇ ਹੁਣ ਮੈਂ ਸਵੇਰੇ ਉੱਠ ਕੇ ਮੋਰਨਿੰਗ 'ਚ ਨਹਾ ਲਿਆ ਵਾ, ਅਤੇ ਇਹ ਆਪੇ ਮਹਿੰਦੀ ਲੱਗੀ ਆ ਅਤੇ ਨਾਮ ਵੀ ਮੈਂ ਇੱਦਾਂ ਦਾ ਲਿਖਿਆ ਵਾ ਆਕਾਸ਼ ਅਤੇ, ਪਰ ਚੈੱਕ ਕਰੋ ਇੱਧਰ ਮੈਂ ਭਾਈ ਤੋਂ ਲਵਾ ਕੇ ਆਈ ਹਾਂ, ਇਹ ਪਹਿਲਾਂ ਲੱਗੀ ਸੀ ਨਾ ਇਸ ਲਈ ਮਾੜਾ ਮੋਟਾ ਰੰਗ ਆ ਗਿਆ, ਬਟ ਮੈਂ ਇਹਨੂੰ ਵੀ ਆਉਂਦੇ ਧੋ ਦਿੱਤਾ ਸੀਗਾ ਮਾੜਾ ਜਿਹਾ ਕੰਮ ਕਰਨਾ ਸੀ ਇਸ ਲਈ, ਅਤੇ ਇਹਦਾ ਵੀ ਰੰਗ ਠੀਕ ਠਾਕ ਜਿਹਾ ਹੀ ਹੈ, ਬਾਕੀ ਦੇਖਦੇ ਹਾਂ ਜੇ ਨਾ ਰੰਗ ਚੜਿਆ ਤੁਹਾਨੂੰ ਪਤਾ ਹੀ ਹੁੰਦਾ ਫਿਰ ਕੀ ਕਰਨਾ ਪੈਂਦਾ। ਅੱਧਾ ਘੰਟਾ ਹੋ ਗਿਆ ਇਹਨੂੰ ਇੱਥੇ ਸਿਰ ਪਕਾਈ ਕਰਦੀ ਨੂੰ, ਕੋਈ ਇਹਦੀ ਗੱਲ ਦਾ ਮਤਲਬ ਨਹੀਂ ਬਣਿਆ, ਕੁਛ ਨਹੀਂ ਕੀਤਾ ਇਹਨੇ, ਬਸ ਖੜ ਕੇ ਮਹਿੰਦੀ ਦਿਖਾਤੀ, ਧੁੰਦ ਜੀ ਦਿਖਾਤੀ, ਗੱਡੀ ਦਿਖਾਤੀ, 3-4 ਘਰ ਦਿਖਾਤੇ ਦੂਰ ਦੂਰ ਹਨੇਰੇ 'ਚ ਚਮਕਦੇ ਮਾੜੇ ਮਾੜੇ, ਹੋਰ ਕੁਛ ਨਹੀਂ ਹੈਗਾ ਇਹਦੇ ਵਲੌਗ ਦੇ ਵਿੱਚ। ਇੱਦਾਂ ਹੀ ਹੁਣ ਮੰਮੀ ਸੇਵੀਆਂ, ਮੰਮੀ ਆਪਣੀ ਉੱਠੇ ਹੋਏ ਆ, ਸੇਵੀਆਂ ਬਣਾ ਰਹੇ ਆ, ਖਾਂਦੇ ਆ ਅਤੇ ਫਿਰ ਕਰਦੇ ਹਾਂ ਕੋਈ ਗੱਲਬਾਤ। ਲਓ ਜੀ ਗਾਈਸ, ਕਹਿ ਰਹੇ ਹੈ ਸੇਵੀਆਂ ਬਣਦੀਆਂ ਪਈਆਂ ਹਾਂ। ਹੁਣ ਹੋਰ ਕੁਛ ਨਹੀਂ ਕਰਨਾ ਇਹਨੇ, ਸਾਨੂੰ ਅੱਧਾ ਘੰਟਾ ਆਹ ਦੁੱਧ ਉਬਲਦਾ ਦਿਖਾਉਣਾ ਸੇਵੀਆਂ ਵਾਲਾ, ਜਦ ਤੱਕ ਉਬਲਦਾ ਨਹੀਂ ਹੈਗਾ ਇਹਨੇ ਸਾਨੂੰ ਦਿਖਾਈ ਜਾਣਾ, ਦਿਖਾਈ ਜਾਣਾ ਇਹਨੇ ਕੈਮਰਾ, ਹੋਰ ਕਿਤੇ ਨਹੀਂ ਕਰਨਾ, ਬਸ ਪਤੀਲੇ 'ਚ ਗੱਡੀ ਰੱਖਣਾ ਆ ਯਾਰ, ਕੁਛ ਕੰਟੈਂਟ ਨਹੀਂ ਹੈਗਾ ਤੁਹਾਡੇ ਕੋਲ। ਇੱਕ ਅੱਧਾ ਟੇਕ ਲੈ ਲਿਆ ਠੀਕ ਆ, ਲੋਕਾਂ ਨੂੰ ਪਤਾ ਲੱਗ ਗਿਆ ਵੀ ਹਾਂ ਤੁਸੀਂ ਸੇਵੀਆਂ ਬਣਾਈਆਂ ਸੀ, ਖਾ ਲਈਆਂ, ਬਸ ਠੀਕ ਆ, ਹੁਣ ਲੋਕਾਂ ਨੂੰ ਯਾਰ ਬਣਦੇ ਦਿਖਾਉਣੀਆਂ ਆ। ਜਿਹੜੇ ਕੁਕਿੰਗ ਦੇ ਵਲੌਗ ਪਾਉਂਦੇ ਆ ਨਾ, ਉਹ ਵੀ ਕੱਟ ਕੱਟ ਕੇ ਸੀਨ ਲਾਉਂਦੇ ਆ, ਸਕੈਂਟਾਂ ਸਕੈਂਟਾਂ ਦੇ, ਇੰਨਾ ਨਹੀਂ ਕੋਈ ਬੋਰ ਕਰਦਾ ਹੈਗਾ ਜਿੰਨਾ ਇਹ ਕਰਦੇ ਆ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਲਓ ਮਿੱਤਰੋ ਅੱਜ ਦੇ ਦਿਨ ਦੀ ਅੱਜ ਦੇ ਬਲੌਗ ਦੀ ਸ਼ੁਰੂਆਤ ਤਾਂ ਰੀਤ ਨੇ ਕਦੋਂ ਦੀ ਕਰਤੀ ਆ, ਅਤੇ ਮੈਂ ਹੁਣ ਉੱਠਿਆ ਵਾਂ ਅਤੇ ਟਾਈਮ ਰੱਬ ਭਲਾ ਕਰੇ ਜ਼ਿਆਦਾ ਨਹੀਂ, ਬਸ 15 ਮਿੰਟ ਲੇਟ ਹੀ ਉੱਠਿਆ ਵਾਂ। ਯਾਰ ਮੈਂ ਅੱਜ ਦੇਖ ਰਿਹਾ ਦਿਨ ਬੜੀ ਟਾਈਮ ਥੋੜ੍ਹਾ ਆਇਆ ਅਤੇ ਦਿਨ ਬੜੀ ਛੇਤੀ ਚੜ੍ਹ ਗਿਆ, ਅਤੇ ਪਰ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਮਿੱਤਰੋ, ਚੈੱਕ ਕਰੋ ਤੁਸੀਂ। ਉਹ ਭਰਾਵਾ ਪਹਿਲਾਂ ਤੇਰੀ ਘਰ ਵਾਲੀ ਨੇ ਉੱਠ ਕੇ ਸਾਰਾ ਕੁਛ ਚੈੱਕ ਕਰਾਤਾ ਹੈ ਸਾਨੂੰ, ਗੱਡੀਆਂ ਵੀ ਚੈੱਕ ਕਰਾਤੀਆਂ, ਧੁੰਦ ਵੀ ਚੈੱਕ ਕਰਾਤੀ ਆ, ਹਨੇਰੇ 'ਚ ਸਾਰੇ ਖੇਤ ਵੀ ਚੈੱਕ ਕਰਾਤੇ ਆ, ਦੂਰ ਦੂਰ ਤੱਕ ਘਰ ਵੀ ਚੈੱਕ ਕਰਾਤੇ ਆ, ਹੁਣ ਤੂੰ ਨਾ ਸਾਨੂੰ ਸਾਰਾ ਕੁਛ ਇਹ ਦੁਬਾਰਾ ਦਿਖਾਉਣ ਲੱਗ ਜਾਈਂ। ਮੌਸਮ ਚੇਂਜ ਹੋ ਗਏ ਨੇ, ਹੁਣ ਠੰਡ ਹੋ ਗਈ ਆ ਪੂਰੀ ਪੂਰੀ ਨਹੀਂ ਹੋਈ ਹਲੇ, ਪਰ ਕਿ ਇਹ ਵਾਲੇ ਜਾਂ ਰਾਤ ਨੂੰ ਠੰਡ ਲੱਗਦੀ ਆ, ਬਸ ਦਿਨੇ ਤਾਂ ਪੂਰੀ ਗਰਮੀ ਹੁੰਦੀ ਆ। ਅਤੇ ਲੈ ਮੇਰੀ ਜਾਨ ਬਲੌਗ ਦੇ ਨਾਲ ਬਣੇ ਰਹੋ, ਅਤੇ ਅੱਜ ਕੁੜੀ ਨੇ ਸਾਰਾ ਦਿਨ ਭੁੱਖੇ ਰਹਿਣਾ, ਦੇਖਦੇ ਹਾਂ ਕਰਵਾ ਚੌਥ ਦਾ ਵਰਤ ਰੱਖਣਾ ਕੁੜੀ ਨੇ ਵੀ, ਅਤੇ ਸਾਰਿਆਂ ਨੂੰ ਹੈਪੀ ਕਰਵਾ ਚੌਥ ਜਿਹੜੇ ਜਿਹੜੇ ਰੱਖਦੇ ਆ। ਉੱਦਾਂ ਇਹਦੀ ਘਰ ਵਾਲੀ ਪ੍ਰੈਗਨੈਂਟ ਆ, ਇੱਦਾਂ ਪ੍ਰੈਗਨੈਂਸੀ ਵਿੱਚ ਰੱਖ ਸਕਦੇ ਹਾਂ ਵਰਤ, ਭੁੱਖੇ ਰਹਿ ਸਕਦੇ ਹਾਂ ਸਾਰਾ ਦਿਨ ਬਿਨਾਂ ਕੁਛ ਖਾਧੇ ਪੀਤੇ, ਇੱਦਾਂ ਪ੍ਰੋਬਲਮ ਨਹੀਂ ਹੁੰਦੀ ਹੈਗੀ ਕੋਈ। ਕਿਸੇ ਨੂੰ ਪਤਾ ਇਹਦੇ ਬਾਰੇ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਜਿਹੜੇ ਨਹੀਂ ਰੱਖਦੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਡੇ ਵੱਲੋਂ, ਗੁੱਡ ਮੋਰਨਿੰਗ, ਅਤੇ ਲਓ ਵੀ ਮੇਰੀ ਜਨ ਬਣੇ ਰਹੋ ਵਲੌਗ ਦੇ ਨਾਲ, ਵਲੌਗ ਵਧੀਆ ਲੱਗਦਾ ਤਾਂ ਲਾਈਕ ਪੁਆਇੰਟ ਸ਼ੇਅਰ ਕਰ ਦਿਆ ਕਰੋ, ਅਤੇ ਇੱਦਾਂ ਹੀ ਵਲੌਗ ਪੂਰਾ ਦੇਖਿਆ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ, ਅਤੇ ਬਾਕੀ ਦੇਖਦੇ ਹਾਂ ਕੀ ਕਰਦੇ ਹਾਂ ਅੱਜ ਦੇ ਦਿਨ 'ਚ। ਲੈ ਤਾਂ ਪੂਰਾ ਵਲੌਗ ਦੇਖਿਆ ਕਰੋ, ਕੀ ਹੁੰਦਾ ਤੁਹਾਡੇ ਪੂਰੇ ਵਲੌਗ 'ਚ, ਹਰ ਟਾਈਮ ਆ ਗੱਡੀ ਚੈੱਕ ਕਰੋ ਗਾਈਸ, ਆ ਰੀਤ ਚਾਹ ਪੀਂਦੀ ਚੈੱਕ ਕਰੋ ਗਾਈਸ, ਆ ਦੇਖੋ ਧੁੰਦ ਕਿੰਨੀ ਪਈ ਗਾਈਸ, ਚੈੱਕ ਕਰੋ ਇਹਦਾ ਕੀ ਦੇਖਣਾ ਵਲੌਗ ਦਾ ਪੂਰਾ, ਤਾਂ ਲੋਕ ਇਸ ਲਈ ਆਪਣੇ ਇੰਟਰਨੈਟ ਦਾ ਰੀਚਾਰਜ ਕਰਾਉਂਦੇ ਆ, ਨਾ ਕੋਈ ਗੱਲ ਨਾ ਕੋਈ ਬਾਤ ਵਿੱਚ। ਕਿੱਦਾਂ ਇੰਜੋਇਮੈਂਟ ਕਰਦੇ ਆ, ਕਿਉਂ ਮਾਤੇ ਉੱਠੇ ਨਹੀਂ ਤੁਸੀਂ? ਅੱਛਾ ਠੀਕ ਆ, ਲਓ ਵੀ ਮਿੱਤਰੋ ਮੌਸਮ ਚੈੱਕ ਕਰੋ ਤੁਸੀਂ, ਉੱਧਰ ਮੋਟਰ ਚੱਲ ਰਹੀ ਆ, ਦੇਖ ਲਓ ਗਾਈਸ, ਜਿਨ੍ਹਾਂ ਨੇ ਕਦੇ ਮੋਟਰ ਨਹੀਂ ਚੱਲਦੀ ਦੇਖੀ ਯਾਰ, ਕੀ ਵਾਰ ਵਾਰ ਉਹੀ ਗੱਲਾਂ, ਇਹਦੀ ਘਰ ਵਾਲੀ ਵੀ ਉਹੀ ਬੋਲੀ ਜਾਂਦੀ, ਇਹ ਵੀ ਉਹੀ ਬੋਲੀ ਜਾਂਦਾ, ਕੁਛ ਨਹੀਂ ਹੈਗਾ ਤੁਹਾਡੇ ਕੋਲ, ਦਿਨ ਚੜ੍ਹ ਲੈਣ ਦਿਓ ਫਿਰ ਉਦੋਂ ਬਣਾ ਲਿਓ ਵਲੌਗ। ਲੋ ਵੀ ਕੁੜੀਆਂ ਨੇ ਆਪਣਾ ਸ਼ਗਨ ਸੁਗਨ ਜਿਹਾ ਪੂਰਾ ਕਰ ਲਿਆ ਵਾ, ਸ਼ਗਨਾਂ ਦਾ ਸਮਾਨ ਆ ਗਿਆ। ਹਾਂ ਮਮਾ ਨੇ ਦਿੱਤਾ। ਲੋ ਵੀ ਮਿੱਤਰੋ ਸੇਵੀਆਂ ਸੁਵੀਆਂ ਕੁੜੀ ਨੇ ਖਾ ਲੀਆਂ ਹੈ, ਉੱਠੇ ਤਾਂ ਕਦੋਂ ਦੇ ਬਾਅਦ ਵੀਡੀਓ ਆਪਾਂ ਲੇਡੀ ਬਣਾਈ ਹੈ ਨਾ। ਬਹੁਤ ਮਨੁੱਖ ਲੱਗ ਰਿਹਾ, ਮਤ ਕਰੋ, ਰਹਿਣ ਦਿਓ, ਰਹਿਣ ਦਿਓ, ਬਹੁਤ ਬੁਰੇ ਲੱਗ।
ਇਹ ਇਦਾਂ ਕਿਊਟ ਬਣਨ ਦੀ ਬਹੁਤ ਕੋਸ਼ਿਸ਼ ਕਰਦੀ ਆ ਨਾ, ਤਤਲਾ ਕੀ ਵੀ ਜਾਣ ਕੇ ਤਾਂ ਹੀ ਬੋਲਦੀ ਆ ਵੀ ਮੈਂ ਕਿਊਟ ਲੱਗਾਂ ਦੇਖਣ ਨੂੰ ਬਹੁਤ ਜ਼ਿਆਦਾ। ਹੋਰ ਮਿੱਤਰੋ ਸਾਡਾ ਜਵਾਕ ਦੇਖੋ ਕੀ ਕਰੀ ਜਾਂਦਾ, ਉਹ ਨਹਾ ਕੇ ਧੁੱਪੇ ਪੈ ਗਿਆ। ਉਹ ਨੰਗੂ ਰਾਮ, ਨੰਗੂ ਨਾਮ, ਉਹ ਭਾਜੀ ਹੈ ਐਡੇ ਕਮਲੇ ਆ ਇਹ, ਇਹਨਾਂ ਨੂੰ ਜ਼ਰਾ ਵੀ ਸੈਂਸ ਨਹੀਂ ਹੈਗੀ। ਉਹ ਜਿਹੜਾ ਬੱਚਾ ਹੈ ਨਾ ਬਿਲਕੁਲ ਨੰਗਾ ਆ, ਉਹਨੇ ਕੁਛ ਨਹੀਂ ਪਾਇਆ ਹੈਗਾ, ਉਹਦੀ ਵੀਡੀਓ ਪਾਉਣ ਲੱਗਾ ਆ। ਯਾਰ ਬੱਚੇ ਲਈ ਵੀ ਕਿੰਨੀ ਮਾੜੀ ਗੱਲ ਆ, ਤੁਸੀਂ ਸੋਚਦੇ ਕਾਹਤੇ ਨਹੀਂ ਕਿ ਕੱਲ ਨੂੰ ਫਿਊਚਰ 'ਚ ਜਾ ਕੇ ਇਹ ਚੀਜ਼ਾਂ ਕਦੇ ਅੱਗੇ ਆ ਸਕਦੀਆਂ ਹੈ ਬੱਚੇ 'ਤੇ। ਜ਼ਰਾ ਵੀ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਹੈਗਾ। ਹੁਣ ਤੁਹਾਡੇ ਆਪਣੇ ਬੱਚਾ ਹੋਣ ਵਾਲਾ ਹੈ ਨਾ, ਉਹਦੇ ਨਾਲ ਨਾ ਇੱਦਾਂ ਦੀਆਂ ਹਰਕਤਾਂ ਕਰਨ ਲੱਗ ਜਾਈਓ, ਉਹਦਾ ਥੋੜ੍ਹਾ ਬਹੁਤਾ ਧਿਆਨ ਰੱਖਿਓ, ਦਿਮਾਗ ਨਾਲ ਮਾੜਾ ਜਿਹਾ ਕੰਮ ਲਈਓ ਉਹਦੇ ਬਾਰੇ। ਚਲਾ ਫੜੀ ਫੋਨ ਮੈਨੂੰ ਨਵਾਂ। ਇਹ ਉਹੀ ਵਾਲੇ ਗੁਆਂਢੀ ਨਹੀਂ ਹੈਗੇ ਜਿਨ੍ਹਾਂ ਨੂੰ ਰੀਤ ਕਹਿੰਦੀ ਸੀਗੀ ਜਦੋਂ ਵੀ ਲੰਘੂ ਗੁਆਂਢੀ ਦੇਖਦੇ ਹੀ ਰਹਿੰਦੇ ਆ, ਅਤੇ ਗੁਆਂਢੀਆਂ ਨੂੰ ਬੰਦ ਕਰ ਦਿਓ ਦੇਖਣ, ਉਹਨਾਂ ਨੂੰ ਕਹੋ ਜਦੋਂ ਮੈਂ ਲੰਘਣਾ ਅੱਖਾਂ ਬੰਦ ਕਰ ਲਿਆ ਕਰੋ, ਆਪਣੀ ਅੱਖਾਂ 'ਤੇ ਹੱਥ ਰੱਖ ਲਿਆ ਕਰੋ, ਮੇਰੇ ਵੱਲ ਨਾ ਦੇਖਿਆ ਕਰੋ। ਮੈਨੂੰ ਲੱਗਦਾ ਇਹਨਾਂ ਦੇ ਗੁਆਂਢੀ ਨਾ ਇਹਨਾਂ ਦੇ ਵਲੌਗ ਨਹੀਂ ਦੇਖਦੇ, ਜੇ ਦੇਖਦੇ ਹੁੰਦੇ ਨਾ ਹੁਣ ਇਹਨਾਂ ਦੀ ਲੜਾਈ ਹੋ ਜਾਣੀ ਸੀ ਇਸ ਗੱਲ 'ਤੇ। ਕੁੜੀ ਤਿਆਰ ਹੋਣ ਦੀ ਕਹਿੰਦੇ ਵੇ, ਕਰਵਾ ਚੌਥ ਤੇ ਪਾਣੀ ਕੁੱਟ ਪਿਆ ਜੀ ਵੇ। ਨਾਲੇ ਕਹਿੰਦੇ ਜਿਨ੍ਹਾਂ ਨੇ ਵਰਤ ਰੱਖਿਆ ਹੁੰਦਾ ਮੂੰਹ 'ਚ ਕੁਛ ਵੀ ਨਹੀਂ ਪਾ ਸਕਦੇ, ਉਂਗਲੀ ਵੀ ਨਹੀਂ ਮੂੰਹ 'ਚ ਪਾ ਸਕਦੇ, ਨਾ ਧਾਗਾ ਨਾ ਕੱਪੜਾ ਨਾ ਨੌ, ਇਹਨੇ ਵਲ ਪਾਏ ਉਹ ਮੂੰਹ ਦੇ ਵਿੱਚ, ਇਹਨੇ ਪੱਕਾ ਵਰਤ ਰੱਖਿਆ ਵੀ ਆ ਕਿ ਉਦੇ ਬਸ ਲੋਕਾਂ ਨੂੰ ਪਾਗਲ ਬਣਾਤਾ ਜਲਦੀ ਉੱਠ ਕੇ। ਕੱਪੜੇ ਆਪਾਂ ਪੁਰਾਣੇ ਪਾਏ ਆ ਕਿਉਂਕਿ ਤੁਹਾਨੂੰ ਪਤਾ ਹੀ ਕਹਿੰਦੇ ਨਵੇਂ ਕੱਪੜੇ ਵੀ ਨਹੀਂ ਸਵਾਈਦੇ, ਬਟ ਮੈਂ ਬਹੁਤ ਜ਼ਿਆਦਾ ਸਵਾਏ। ਯਾਰ ਨਵੇਂ ਕੱਪੜੇ ਕਾਹਤੇ ਨਹੀਂ ਸਮਾਏਦੇ, ਇਹ ਕੀ ਵਹਿਮ ਆ ਨਵਾਂ? ਇੱਦਾਂ ਤਾਂ ਨਹੀਂ ਕਿਤੇ ਹੈਗਾ ਵੀ ਇਹ ਕਹਿੰਦੀ ਕਿ ਮੈਂ ਪ੍ਰੈਗਨੈਂਟ ਹਾਂ ਤਾਂ ਕਰਕੇ ਨਵੇਂ ਕੱਪੜੇ ਨਹੀਂ ਸਮਾਉਣੇ ਹੈਗੇ? ਯਾਰ ਪ੍ਰੈਗਨੈਂਸੀ ਦਾ ਕੱਪੜਿਆਂ ਦੇ ਨਾਲ ਕੀ ਰੌਲਾ ਹੁੰਦਾ ਆ? ਇਹ ਪੱਲੇ ਦੇ ਨਾਲ ਜ਼ਰੂਰੀ ਬੰਨਿਆ ਕਰੋ ਜਿਹੜੀਆਂ ਕਰਵਾ ਚੌਥ ਰੱਖਦੀਆਂ, ਕਿਉਂਕਿ ਜਦੋਂ ਆਪਾਂ ਚਾਨਣ ਪੂਜਦੇ ਹਾਂ ਨਾ ਉਸ ਟਾਈਮ ਇਹਨੂੰ ਗੱਠ ਨੂੰ ਖੋਲੀ ਦਾ। ਠੀਕ ਆ ਜੀ। ਅਤੇ ਇਹ ਤਾਂ ਦੱਸਿਆ ਨਹੀਂ ਪੱਲੇ 'ਚ ਬੰਨਿਆ ਕੀ ਆ, ਲੋਕ ਕੀ ਬੰਨਣ ਪੱਲੇ ਦੇ ਵਿੱਚ? ਉਦੇ ਯਾਰ ਕੁਛ ਵੀ ਬੋਲ ਦਿੰਦੇ ਆ, ਅੱਧੀ ਪਚੱਧੀ ਗੱਲ ਦੱਸ ਕੇ ਬਸ ਖਤਮ ਕਰਦੇ ਆ ਆਪਣਾ। ਚਲੋ ਮੈਂ ਯਾਰ, ਤੂੰ ਅੱਜ ਸੋਹਣੀ ਲੱਗਣ ਦੀ, ਮੈਨੂੰ ਮੈਂ ਅੱਜ ਬੜਾ ਭੈੜਾ ਜਿਹਾ ਲੱਗਣ ਡਿਆ, ਪਤਾ ਨਹੀਂ ਕਿਉਂ। ਬਾਕੀ ਹੁਣ ਪਰਨਾ ਵੱਲ ਲਿਆ ਤੇ ਹੁਣ ਜੱਟ ਦੀ ਟੌਰ ਹੋ ਗਈ ਆ। ਹੁਣ ਕਰੋ ਹਾਂ ਕਮੈਂਟ। ਤੋ ਵੀ ਅੱਜ ਕਰਵਾ ਚੌਥ ਤੇ ਅੱਜ ਹੀ ਸਿਲੰਡਰ ਮੁੱਕ ਗਿਆ ਤੇ ਉੱਤੋਂ ਹੈਗਾ ਐਤਵਾਰ, ਮੂੰਹ 'ਚ ਵਾਲ ਪੈ ਗਿਆ। ਅਦੀਪ ਚੈਨਲ ਵਾਲੀ ਨੂੰ ਸੱਦ ਲੈਣਾ ਸੀ, ਵਿਹਲੀ ਹੁੰਦੀ ਆ ਉਹ, ਉਹਨੂੰ ਦੱਸ ਦੇਣਾ ਸੀ ਕਿ ਮੇਰੇ ਮੂੰਹ ਚੋਂ ਵਾਲ ਨਿਕਲਿਆ, ਦੇਖੋ ਕਿੰਨਾ ਵੱਡਾ ਵਾਲ ਨਿਕਲਿਆ, ਇੱਦਾਂ ਦੀ ਇੰਟਰਵਿਊ ਤੋਂ ਕਰਦੀ ਰਹਿੰਦੀ ਆ। ਹਾਂਜੀ ਲਓ ਵੀ ਮਿੱਤਰੋ, ਕਹਿੰਦੇ ਗੁਰਦੁਆਰੇ ਗਏ ਸੀ ਆਪਾਂ ਕਥਾ ਸੁਣਨ ਅਤੇ ਆ ਗਏ ਹਾਂ ਹੋਸਪਿਟਲ 'ਚ। ਵੀ ਗੱਲ ਇਹ ਤਾਂ ਰੀਤ 'ਤੇ ਥੋੜ੍ਹੀ ਜਿਹੀ ਪੇਨ ਹੋਣ ਲੱਗ ਪਈ ਅਤੇ ਇਸ ਕਰਕੇ ਐਮਰਜੈਂਸੀ ਆਉਣਾ ਪਿਆ ਸਾਨੂੰ, ਘਰ ਵੀ ਨਹੀਂ ਗਏ, ਇਸ ਕਰਕੇ ਐਮਰਜੈਂਸੀ 'ਚ ਆਉਣਾ ਪਿਆ। ਬਾਕੀ ਗੱਲ ਮੈਂ ਦੱਸ ਦਿੰਦਾ ਤੁਹਾਨੂੰ। ਹੈਲੋ, ਮੈਨੂੰ ਗੱਲ ਇੱਦਾਂ ਕਿ ਆਪਾਂ ਨੂੰ ਐਮਰਜੈਂਸੀ ਆਉਣਾ ਪਿਆ ਇੱਥੇ ਹਸਪਤਾਲ, ਅਤੇ ਰੀਤ ਨੂੰ ਕਰ ਲਿਆ ਉਹਨਾਂ ਨੇ ਐਡਮਿਟ, ਅਤੇ ਬਾਕੀ ਦੇਖੋ ਕੀ ਕਹਿੰਦੇ ਆ। ਬੜੀ ਭੱਜ ਨੱਠ ਪਈ, ਐਮਰਜੈਂਸੀ ਆਉਣਾ ਪਿਆ ਯਾਰ ਬਹੁਤ। ਚਲੋ ਜੀ, ਇਹਦਾ ਤਾਂ ਵਿਚਾਰੀ ਦਾ ਫਿਰ ਵਰਤ ਟੁੱਟ ਗਿਆ ਹੋਣਾ ਹੈ ਨਾ, ਚੰਦ ਦੇਖਣ ਤੋਂ ਪਹਿਲੇ ਹੀ ਹੋਸਪਿਟਲ ਆਉਣਾ ਪੈ ਗਿਆ। ਚਲੋ ਕੋਈ ਗੱਲ ਨਹੀਂ, ਬੜੀ ਖੁਸ਼ੀ ਦੀ ਗੱਲ ਆ ਨਾ ਬੇਬੀ ਆਉਣ ਵਾਲਾ ਇਹਨਾਂ ਦੇ ਘਰ। ਚਲੋ ਬਾਕੀ ਆਪਾਂ ਵੀ ਆਪਣੀ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ, ਅਤੇ ਨੈਕਸਟ ਵੀਡੀਓ 'ਚ ਦੇਖਦੇ ਹਾਂ ਇਹਨਾਂ ਦੇ ਕਿੱਦਾਂ ਬੇਬੀ ਆ ਗਿਆ ਜਾਂ ਨਹੀਂ ਆਇਆ ਹਜੇ, ਅਤੇ ਉਹ ਤੋਂ ਬਾਅਦ ਫਿਰ ਦੇਖਾਂਗੇ ਇਹਨਾਂ 'ਤੇ, ਫਿਰ ਵੀਡੀਓ ਬਣਾਵਾਂਗੇ। ਅਤੇ ਮੇਰੀ ਪੂਰੀ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ। ਅਤੇ ਜਿਨ੍ਹਾਂ ਨੇ ਮੇਰਾ ਚੈਨਲ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ, ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ, ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਬਹੁਤ ਜਲਦੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਓਕੇ ਬਾਏ।